ਹੋਸਟ ਲਕੀਰਾਲੀ ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ ਟੀਮ ਪੰਜਾਬੀ ਦੀ ਟੀਮ ਅੱਜ ਪਹੁੰਚੀ ਆਈ ਹੈ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ 19 ਫਰਵਰੀ ਨੂੰ ਰਿਕਾਰਡ ਤੋੜ ਕੱਠ ਜਿਨ੍ਹਾਂ ਨੇ ਕੀਤਾ ਟੂਰਨਾਮੈਂਟ ਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਚੋਟੀਆਂ ਖੇਡੀਆਂ ਔਰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਜਿੰਨੇ ਵੀ ਟੌਪ ਦੇ ਪਲੇਅਰ ਨੇ ਉਹ ਸਾਰੇ ਇਸ ਕੱਪ ਤੇ ਪਹੁੰਚੇ ਤੇ ਬਹੁਤ ਜ਼ਿਆਦਾ ਦਰਸ਼ਕਾਂ ਨੇ ਆਨੰਦ ਮਾਣਿਆ ਉਸ ਦਿਨ ਮਿਸਅੰਡਰਸਟੈਂਡਿੰਗ ਜਿਹੜੀ ਹੋਈ ਆ ਅਨਾਉਂਸਰ ਵੀ ਸਾਡੇ ਕੋਲ ਇੱਥੇ ਪਹੁੰਚਾ ਹੋਇਆ ਜਿਹਨੇ ਅਨਾਉਂਸਮੈਂਟ ਕੀਤੀ ਸੀ ਉਹ ਕਮੇਟੀ ਦੇ ਸਾਰੇ ਮੈਂਬਰ ਮੇਰੇ ਨਾਲ ਨੇ ਜੋਲੀ ਸਾਹਿਬ ਮੇਰੇ ਨਾਲ ਨੇ ਜੋਲੀ ਸਾਹਿਬ ਕਾਉਂਸਲਰ ਨੇ ਇਸ ਨਿਹਾਲ ਸਿੰਘ ਵਾਲਾ ਦਾ ਔਰ ਪ੍ਰਧਾਨ ਵੀ ਸਨ ਉਸ ਦਿਨ ਜਿਹੜੀ ਕਮੇਟੀ ਸੀ ਨਿਹਾਲ ਸਿੰਘ ਵਾਲਾ ਕਬੱਡੀ ਕੱਪ ਦੇ ਪ੍ਰੈਜ਼ੀਡੈਂਟ ਨੇ ਆਉ ਕਰਦੇ ਆ ਸਵਾਗਤ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆ ਉਸ ਦਿਨ ਕੀ ਹੋਇਆ ਪ੍ਰਧਾਨ ਸਾਹਿਬ ਤੁਹਾਡਾ ਸਵਾਗਤ ਹੈ ਟੀਮ ਪੰਜਾਬੀ ਦੇ ਤੁਹਾਡਾ ਵੀ ਸਵਾਗਤ ਕਰਦੇ ਆ ਜੀ ਅਸੀਂ ਧੰਨਵਾਦੀ ਆ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਜਿਨ੍ਹਾਂ ਨੇ ਸਾਡਾ ਜਿਹੜਾ ਇਹ ਕਬੱਡੀ ਦਾ ਮਹਾਕੁੰਭ ਪੂਰਾ ਕਾਮਯਾਬ ਕੀਤਾ ਔਰ ਬਹੁਤ ਵਧੀਆਂ ਟੀਮਾਂ ਔਰ ਸਾਰੇ ਇੰਟਰਨੈਸ਼ਨਲ ਪਲੇਅਰ ਪਾਲਾ ਦੁੱਲਾ ਫਰੀਆਦ ਵਗੈਰਾ ਜਾਦੇ ਹੋਣੇ ਸਾਰੇ ਆਏ ਔਰ ਲੋਕਾਂ ਨੇ ਕਬੱਡੀ ਦਾ ਪੂਰਾ ਆਨੰਦ ਮਾਣਿਆ ਬਹੁਤ ਜਿਆਦਾ ਤੁਸੀਂ ਆਪ ਹੀ ਦਰਸ਼ਕਾਂ ਦੇਖ ਲਿਆ ਹੋਣਾ ਟੀਵੀ ਰਾਹੀਂ ਦੇਖ ਲਿਆ ਹੋਣਾ ਵੀ ਖਚਾ ਖਚ ਜਿਹੜਾ ਭਰਿਆ ਵਾ ਸੀਗਾ ਪੂਰੇ ਪੰਜਾਬ ਚ ਨਹੀਂ ਰਾਜਸਥਾਨ ਤੇ ਹੋਰ ਤੇ ਸੂਬਿਆਂ ਚ ਵੀ ਕਬੱਡੀ ਪ੍ਰੇਮੀ ਇਸ ਮੇਲੇ ਨੂੰ ਦੇਖਣ ਆਏ ਸੀਗੇ ਤੇ ਅਸੀਂ ਧੰਨਵਾਦੀ ਆ ਉਹ ਸਾਰੇ ਪਲੇਅਰਾਂ ਦਾ ਜਿਹੜੇ ਉਹਨਾਂ ਨੇ ਸਾਰੇ ਕਬੱਡੀ ਦੇ ਜੋਹਰ ਦਿਖਾਏ ਔਰ ਪੂਰਾ ਲੋਕਾਂ ਨੇ ਆਨੰਦ ਮਾਣਿਆ ਅੱਛਾ ਜੋਲੀ ਸਾਹਿਬ ਤੁਸੀਂ ਕਾਉਂਸਲਰ ਵੀ ਹੋ ਟਾਈਮ ਦੇ ਟਾਈਮ ਤੋਂ ਸੇਵਾ ਕਰਦੇ ਰਹੇ ਹੋ ਜਿਹੜੇ ਸਿਟੀ ਦੇ ਵਿੱਚ ਕੰਮ ਹੁੰਦੇ ਨੇ ਮੋਰੇ ਇਲਾਕੇ ਸਾਰਾ ਕੁਝ ਕਰਦੇ ਹੋ ਪ੍ਰਧਾਨ ਵੀ ਸਨ ਤੁਸੀਂ ਉਸ ਦਿਨ ਕਮੇਟੀ ਦੇ ਗਾਂ ਵੀ ਰਹਿਣਾ ਐ ਐਸੇ ਪ੍ਰਧਾਨ ਤੁਹਾਨੂੰ ਮੈਂ ਪੁੱਛਦਾ ਜਿਹੜੀ ਅਨਾਉਂਸਮੈਂਟ ਹੋਈ ਆ ਉੱਥੇ ਉਸ ਦਿਨ ਕਮੈਂਟੇਟਰ ਜਿਹੜਾ ਬਿੱਟੂ ਸੈਦੋਕੇ ਨੇ ਕੀਤੀ ਆ ਅਨਾਉਂਸਮੈਂਟ ਕਿ ਚੱਠਾ ਸਾਹਿਬ ਲੱਖ ਰੁਪਈਆ ਮੰਗਦੇ ਸੀ ਤਾਂ ਫਿਰ ਜੈਰੋ ਖੇਡ ਸਕਦਾ ਔਰ ਇੱਥੇ ਕੋਈ ਫੈਡਰੇਸ਼ਨ ਜਾਂ ਟੀਮਾਂ ਨੂੰ ਨਹੀਂ ਦੇਖਣਾ ਉਹਦੇ ਬਾਰੇ ਜ਼ਰੂਰ ਜਾਣਨਾ ਪਾਉ। ਚੱਠਾ ਸਾਹਿਬ ਨੇ ਲੱਖ ਰੁਪਏ ਤੁਹਾਡੇ ਤੋਂ ਮੰਗਿਆ ਸੀ ਕਿ ਜੈਰੋ ਖੇਡੇਗਾ ਤਾਂ ਲੱਖ ਦਿਓ। ਮੈਂ ਦੱਸਣਾ ਚਾਹਣਾ ਚੱਠਾ ਸਾਹਿਬ ਨੇ ਕੋਈ ਲੱਖ ਰੁਪਏ ਨਹੀਂ ਮੰਗੇ ਜੀ। ਲੇਕਿਨ ਸਾਡੇ ਪ੍ਰਬੰਧਕਾਂ ਚ ਇੱਕ ਸੀ ਕਿ ਜੈਰੋ ਜਿਹੜਾ ਮੈਕਸੀਕਾ ਪਲੇਅਰ ਸੀਗਾ ਉਹ ਅਸੀਂ ਆਪ ਦੇ ਬਲਬੁੱਤੇ ਤੇ ਆਪ ਦੇ ਪੈਸੇ ਹਾਇਰ ਕਰਕੇ ਜਿਹਦੇ 5 ਲੱਖ ਰੁਪਏ ਤੋਂ ਉੱਪਰ ਲੱਗੇ ਸੀਗਾ ਉਹ ਅਸੀਂ ਖੜਾਉਣਾ ਚਾਹੁੰਦੇ ਸੀ। ਉਹਦੀ ਪਬਲਿਸਿਟੀ ਕੀਤੀ ਸੀ। ਲੇਕਿਨ ਕਬੱਡੀ ਦੀਆਂ ਫੈਡਰੇਸ਼ਨੀਆਂ ਕਦਰਾਂ ਕੀਮਤਾਂ ਨੂੰ ਚੱਠਾ ਸਾਹਿਬ ਨੇ ਮੁੱਖ ਰੱਖਦੇ ਹੋਏ ਉਹਦਾ ਡੋ ਇਸ ਕਰਕੇ ਸਾਡੇ ਪ੍ਰਬੰਧਕ ਜਿਹੜੇ ਘਬਰਾਟ ਚ ਆ ਗਏ ਤੇ ਉਹ ਜिद ਕਰਨ ਲੱਗ ਪਏ ਸ਼ਾਇਦ ਇੰਨੀ ਪਬਲਿਕ ਜਿਹੜੀ ਆਈ ਹੈ ਉਹ ਮੁੜ ਕੇ ਸਾਡੇ ਤੇ ਗੁੱਸਾ ਨਾ ਕਰੇ ਵੀ ਸਾਨੂੰ ਇੱਕ ਸ਼ੋਅ ਮੈਚ ਕਰਾਉਣਾ ਚਾਹੀਦਾ ਹੈ ਜਾਂ ਉਹਦੀ ਕਬੱਡੀ ਦਿਖਾਉਣੀ ਚਾਹੀਦੀ ਹੈ ਅਸੀਂ ਸਿਰਫ ਅੰਦਰੇ ਅੰਦਰ ਆਪਦੇ ਉਹ ਪ੍ਰੈਸ਼ਰ ਬਣਾਉਂਦੇ ਰਹੇ ਛੱਟਾ ਸਾਹਿਬ ਤੇ ਲੇਕਿਨ ਛੱਟਾ ਸਾਹਿਬ ਟਸ ਤੋਂ ਮਸ ਨਹੀਂ ਹੋਏ ਉਹ ਕਹਿੰਦੇ ਜਿੰਨਾ ਚਿਰ ਸਾਡੀ ਫੈਡਰੇਸ਼ਨ ਦਾ ਫੈਸਲਾ ਵੀ ਜਿੰਨਾ ਚਿਰ ਪਲੇਅਰ ਡੋਪ ਟੈਸਟ ਨਹੀਂ ਕਰਾਊਗਾ ਉਹ ਮੈਚ ਨਹੀਂ ਖੇਡ ਸਕਦਾ ਲੇਕਿਨ ਉਸ ਤੋਂ ਬਿਨਾ ਅਸੀਂ ਫਿਰ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਕਮੇਟੀ ਨੇ ਕਿਹਾ ਵੀ ਇੱਕ ਸ਼ੋਅ ਮੈਚ ਹੀ ਹੋ ਚੱਠਾ ਸਾਹਿਬ ਨੇ ਕੋਈ ਪੈਸੇ ਨਹੀਂ ਮੰਗੇ ਜੋ ਜਿਹੜੀਆਂ ਖਿਡਾਰੀ ਟੀਮਾਂ ਸੀਗੀਆਂ ਉਹਨਾਂ ਨੇ 30-30 ਹਜ਼ਾਰ ਰੁਪਏ ਮੰਗੇ ਸੀ ਜੇ ਅਸੀਂ ਜਿਹੜਾ ਮੈਚ ਲੱਗਣਗੇ ਉਹ ਪਲੇਅਰਾਂ ਨੂੰ ਅਸੀਂ ਦੇਣੇ ਆ ਇਹ ਚੱਠਾ ਸਾਹਿਬ ਨੇ ਕੋਈ ਪੈਸੇ ਨਹੀਂ ਮੰਗੇ ਜੀ ਅੱਛਾ ਸ਼ੋ ਮੈਚ ਲਈ 30-30 ਹਜ਼ਾਰ ਦੀ ਗੱਲ ਹੋਈ ਸੀਗੀ ਸ਼ੋ ਮੈਚ ਜੀ ਵੀ ਫਿਰ ਜੈਰੋ ਨੇ ਇਨਕਾਰ ਕਰਤਾ ਕੀ ਗੱਲ ਹੋਈ ਜੈਰੋ ਨੂੰ ਫਿਰ ਤੁਸੀਂ ਕਹਾਂ ਨਹੀਂ ਵੀ ਸ਼ੋ ਮੈਚ ਤਾਂ ਖੇਡ ਲਓ ਹਾਂ ਬੱਸ ਪਤਾ ਲੱਗਿਆ ਸਾਨੂੰ ਵੀ ਜੈਰੋ ਨੂੰ ਜਿਹੜਾ ਸਪான்ਸਰ ਕਰ ਰਿਹਾ ਸੀ ਜਿਹੜਾ ਲੈ ਕੇ ਆ ਰਿਹਾ ਸੀਗਾ ਉਹ ਵੀ ਕੋਈ ਰਾਜਨੀਤੀ ਖੇਡ ਰਿਹਾ ਸੀਗਾ ਜੈਰੋ ਕਿਤੇ ਜੈਸ ਕਰਦਾ ਕਿਤੇ ਨੋ ਕਰ ਉਹ ਗਰਾਊਂਡ 'ਚ ਆ ਚੁੱਕੇ ਸੀਗੇ ਸ਼ੋਅ ਮੈਚ ਦੇਖਣ ਨੂੰ ਆਉਣ ਦੀ ਖਾਤਰ ਵੀ ਪਬਲਿਕ ਉਹ ਐਂਟਰਟੇਨ ਕਰ ਲੇ ਉਹਦੀ ਕਬੱਡੀ ਦੇਖ ਲੇ ਲੇਕਿਨ ਜੈਰੋ ਫਿਰ ਵੀ ਉਹ ਜਵਾਬ ਦੇ ਗਿਆ ਉਹ ਸ਼ੋਅ ਮੈਚ ਤੋਂ ਵੀ ਜਵਾਬ ਦੇ ਗਿਆ ਜੀ ਅ ਬਿਲਕੁਲ ਸਹੀ ਹੈ ਜੀ ਮੁਰੇ ਸ਼ੋਅ ਮੈਚ ਤੇ ਵੀ ਮਨਾਉਂਦੇ ਰਹੇ ਹਾਂ ਸਾਰੇ ਪਾਸੇ ਅੱਛਾ ਜਿਹੜੀ ਅਨਾਉਂਸਮੈਂਟ ਹੋਈ ਆ ਉਸ ਦਿਨ ਆਪਣੇ ਤੁਹਾਡੇ ਕਮੈਂਟੇਟਰ ਨੇ ਇਹ ਉਹਨਾਂ ਨੇ ਕਾਹ ਤੋਂ ਕਰਤੀ ਫਿਰ ਅਨਾਉਂਸਮੈਂਟ ਉਹਨਾਂ ਨੂੰ ਦੱਸਿਆ ਨਹੀਂ ਗਿਆ ਜਾਂ ਮੈਂ ਉਹਨਾਂ ਤੋਂ ਇਨਫਰਮੇਸ਼ਨ ਪੂਰੀ ਨਹੀਂ ਸੀ ਕੀ ਗੱਲ ਹੋਈ ਇਨਫਰਮੇਸ਼ਨ ਪੂਰੀ ਸੀਗੀ ਲੇਕਿਨ ਸਾਡੇ ਪ੍ਰਬੰਧਕ ਜਿਹੜੇ ਮੂਰੇ ਲੱਗੇ ਸੀ ਫੇਸ ਕਰ ਰਹੇ ਲੋ ਪੀ ਪਬਲਿਕ ਦਾ ਹਜੂਮ ਦੇਖ ਵੀ ਇੰਨੀ ਪਬਲਿਕ ਹੈ ਵੀ ਮੈਂ ਕੀ ਫੇਸ ਕਰਾਂ ਉਸ ਘਬਰਾੜ ਦਾ ਹੀ ਨਤੀਜਾ ਸੀ ਮਿਸ ਕਮਿਊਨੀਕੇਸ਼ਨ ਹੋ ਗਿਆ ਉਸ ਘਬਰਾੜ ਦੇ ਨਤੀਜੇ ਸੀ ਗਲਤ ਬਿਆਨ ਨਹੀਂ ਹੋਈ ਜਿਹਦੀ ਮੈਂ ਅਪੋਲੋਜਾਈਜ਼ ਕਰਦਾ ਹਾਂ ਮਾਫੀ ਵੀ ਮੰਗਦੇ ਹਾਂ ਅਸੀਂ ਜਿਹੜੇ ਮੈਚ ਹੋਏ ਐ ਫੈਡਰੇਸ਼ਨ ਵੱਲੋਂ 8 ਟੀਮਾਂ ਆਈਆਂ ਔਰ ਸਸਰੀ ਬੜੀ ਮਾਣ ਮਹਿਸੂਸ ਕਰਦੇ ਆਂ ਵੀ 8 ਟੀਮਾਂ ਦੇ ਵਿੱਚ ਇਹੇ ਜਿ ਕਿਤੇ ਅਸੀਂ ਮੇਲੇ ਦੇਖਿਆ ਐ ਐਡੇ ਵੱਡੇ ਨਾਮੀ ਪਲੇਅਰ ਨਹੀਂ ਆਏ ਲੇਕਿਨ ਸਾਡੇ ਅਸੀਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆਂ ਵੀ ਅੱਠ ਟੀਮਾਂ ਦੇ ਸਾਰੇ ਨਾਮੀ ਪਲੇਅਰ ਆਏ ਐ ਔਰ ਲੋਕਾਂ ਨੇ ਮੈਚਾਂ ਦਾ ਲੁਤਫ ਲਿਆ ਸੈਮੀਫਾਈਨਲ ਮੈਚ ਤੁਸੀਂ ਆਪ ਹੀ ਦੇਖਿਆ ਉਹਨਾਂ ਵੀਡੀਓ ਤੇ ਜਾਂ ਹਾਂ ਪੂਰਾ ਅੜਕੇ ਹੋਇਆ ਪੁਆਇੰਟ ਅੱਧੇ ਪੁਆਇੰਟ ਤੇ ਉੱਥੇ ਜਤਹਾਰ ਹੋਈ ਐ ਇਸ ਕਰਕੇ ਉਹ ਜਿਹੜੀ ਹੋਈ ਐ ਅਨਾਉਂਸ ਬਿੱਟੂ ਸੈਦੋ ਕਲੀਓ ਹਰੀ ਹੋਈ ਐ ਉਹ ਪ੍ਰਬੰਧਕਾਂ ਨੂੰ ਕਹਿਣ ਤੇ ਹੋਈ ਐ ਮੈਂ ਉਹਨਾਂ ਦੇ ਵਿਹਾਵ ਤੇ ਬਿੱਟੂ ਦੇ ਵਿਹਾਵ ਤੇ ਤੇ ਪ੍ਰਬੰਧਕਾਂ ਦੇ ਵਿਹਾਵ ਤੇ ਉਹ ਚੀਜ਼ ਦੀ ਸੌਰੀ ਫੀਲ ਕਰਦਾ ਹੋਇਆ ਮੈਂ ਮਾਣ ਮਹਿਸੂਸ ਕਰਦਾ ਵੀ ਜਿਹੜੀ ਫੈਡਰੇਸ਼ਨ ਹੈ ਨਾਰਥ ਇੰਡੀਆ ਫੈਡਰੇਸ਼ਨ ਹੈ ਉਹਨਾਂ ਨੇ ਬਖੂਬੀ ਕਬੱਡੀ ਨੂੰ ਪਿਆਰ ਕਰਦੇ ਹੋਏ ਕਬੱਡੀ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਿਆ ਜੀ ਥੈਂਕ ਯੂ ਸੋ ਮੱਚ ਜੌਰੀ ਸਾਹਿਬ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੇ ਅਰਗੇ ਨਮਾਇंदे ਜੇ ਕੋਈ ਮਿਸਟੇਕ ਹੋਈ ਵੀ ਆ ਉਹਦੇ ਚ ਆਪ ਅਪੋਲੋਜਾਈ ਕਰਦੇ ਹੋ ਅੱਜ ਸਾਰੇ ਤੁਸੀਂ ਕਮੇਟੀ ਮੈਂਬਰਸ ਅੱਜ ਇਕੱਠੇ ਹੋਏ ਸੀਗੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਇੱਥੇ ਪਹੁੰਚ ਕੀਤੀ ਆ ਕਿ ਜਿਹੜੇ ਉਸ ਦਿਨ ਦੇ ਅੱਛਾ ਜਿਹੜੇ ਪਲੇਅਰਾਂ ਦੇ ਪੈਸੇ ਰਹਿ ਗਏ ਸੀਗੇ ਉਸ ਦਿਨ ਕਿਉਂਕਿ ਪਲੇਅਰ ਤਾਂ ਨਾਰਾਜ਼ ਹੋ ਕੇ ਚਲੇ ਗਏ ਨਾ ਫਾਈਨਲ ਦੇ ਵਿੱਚ ਹਾਫ ਟਾਈਮ ਤੱਕ ਮੈਚ ਹੋਇਆ ਜਿਹੜੇ ਮੋਟਰਸਾਈਕਲ ਨੇ ਦੋ ਬੈਸਟਾਂ ਨੂੰ ਉਹੋ ਤੇ ਪੈਸੇ ਅੱਜ ਤੁਸੀਂ ਦੇ ਤੇ ਫੈਡਰੇਸ਼ਨ ਨੂੰ ਹਾਂਜੀ ਉਸ ਦਿਨ ਜਦੋਂ ਪ੍ਰਬੰਧਕਾਂ ਨੇ ਹਾਫ ਟਾਈਮ ਤੋਂ ਬਾਅਦ ਕੋਈ ਅਨਾਉਂਸਮੈਂਟ ਕਰਨੀ ਚਾਹੀਦੀ ਤੇ ਹੌਚ ਪਹੁੰਚ ਗਿਆ ਸਾਰੀ ਪਬਲਿਕ ਨੀਚੇ ਆ ਗਈ ਸੀਗੀ ਤੇ 15-20 ਮਿੰਟ ਦੀ ਜਿਹੜੀ ਆ ਹਾਫ ਟਾਈਮ ਦੀ ਗੇਮ ਸੀ ਕਬੱਡੀ ਉਹ ਨਹੀਂ ਹੋ ਪਾਈ ਤੇ ਪਲੇਅਰ ਚਲੇ ਗਏ ਸੀਗੇ ਉਸ ਤੋਂ ਬਾਅਦ ਅਸੀਂ ਕਾਲ ਕੀਤਾ ਝੱਠਾ ਸਾਹਿਬ ਨੂੰ ਸਾਡੀ ਬੇਨਤੀ ਜੱਠਾ ਸਾਹਿਬ ਇੱਥੇ ਆਏ ਐ ਸਾਰੇ ਉਹ ਆਪਾਂ ਡਿਸਕਸ ਵੀ ਕੀਤਾ ਔਰ ਜੋ ਵੀ ਇਨਾਮ ਜਿਹੜੇ ਸੀਗੇ ਸਾਡੇ ਪੈਂਡਿੰਗ ਪਏ ਸੀਗੇ ਦੋ ਮੋਟਰਸਾਈਕਲ ਤੇ ਜਿਹੜੀ ਕੈਸ਼ ਇਨਾਮ ਸੀ ਕਿ 2.5 ਲੱਖ ਦੇ ਤੇ 2 ਲੱਖ ਦੇ ਉਹ ਸਾਰੇ ਅਸੀਂ ਜੱਠਾ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਦੇ ਦਿੱਤੇ ਆ ਤੁਸੀਂ ਕਨਫਰਮ ਕਰ ਸਕਦੇ ਹੋ ਜੱਠਾ ਸਾਹਿਬ ਤੋਂ ਥੈਂਕ ਯੂ ਸੋ ਮੱਚ ਜੀ ਜੱਲ ਸਾਹਿਬ ਤੁਸੀਂ ਸਾਨੂੰ ਟਾਈਮ ਦਿੱਤਾ ਲਾਸਟ ਦੇ ਕੋਈ ਮੈਸੇਜ ਦੇਖਣ ਵਾਲਿਆਂ ਨੂੰ ਜਾਂ ਚਾਹਣ ਵਾਲਿਆਂ ਨੂੰ ਜਿਹੜੇ ਪਿਆਰ ਕਰਦੇ ਨੇ ਕਬੱਡੀ ਨੂੰ ਮੈਂ ਕਬੱਡੀ ਪ੍ਰੇਮੀਆ ਨੂੰ ਬੜੇ ਖੁਸ਼ੀ ਨਾਲ ਤੇ ਚਾਹ ਨਾਲ ਮੈਸੇਜ ਦੇਣਾ ਵੀ ਆਉਣ ਵਾਲੇ ਸਾਲ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਤੋਂ ਹੀ ਇਹ ਟੂਰਨਾਮੈਂਟ ਕਰਵਾਇਆ ਜਾਵੇਗਾ ਮੇਲਾ ਕਰਵਾਇਆ ਜਾਊਗਾ ਔਰ ਜੋ ਕਮੀਆਂ ਸਾਡੇ ਐਰ ਕੀ ਰਹਿ ਗਈਆਂ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਦਰਸ਼ਕ ਪ੍ਰੇਮੀਆਂ ਨੂੰ ਹੁਣੇ ਅਨਾਉਂਸ ਕਰਦਾ ਵੀ ਅਗਲੇ ਸਾਲ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਰਹੀ ਔਰ ਇੰਨੀ ਟੀਮਾਂ ਨਾਮੀ ਟੀਮਾਂ ਰਹੀ ਇਹ ਹੀ ਸਾਰੀ ਸਮੂਚੀ ਟੀਮ ਫਿਰ ਅਗਲੇ ਸਾਲ ਤੁਹਾਨੂੰ ਇਹੋ ਜਿਹਾ ਮੇਲਾ ਦੇਖਣ ਨੂੰ ਮਿਲੇਗਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਲਸਾਬ ਸਾਡੇ ਨਾਲ ਗੱਲਬਾਤ ਕਰਨ ਲਈ ਕਬੱਡੀ ਦੇ ਜਿੰਨੇ ਵੀ ਲਵਰਸ ਸਾਨੂੰ ਇਸ ਟਾਈਮ ਵਾਚ ਕਰ ਰਹੇ ਨੇ ਜੋ ਵੀ ਵਿਵਾਦ ਸੀਗਾ ਨਿਹਾਲ ਸਿੰਘ ਵਾਲੇ ਦਾ ਉਹ ਪਹਿਲਾਂ ਵੀ ਤੁਸੀਂ ਵੀਡੀਓਜ਼ ਦੇਖ ਰਹੀਆਂ ਆਲਰੇਡੀ ਖਤਮ ਹੋ ਗਿਆ ਸੀ ਪਰ ਫਿਰ ਵੀ ਕਮੇਟੀ ਦੇ ਕਹਿਣ ਤੇ ਇੱਥੇ ਸਾਰੀ ਟੀਮ ਸਾਡੀ ਟੀਮ ਪੰਜਾਬੀ ਦੀ ਤਾਂ ਵਿਦ ਫੈਡਰੇਸ਼ਨ ਦੇ ਮੈਂਬਰਸ ਪਹੁੰਚੇ ਨੇ ਮੈਂ ਬੇਨਤੀ ਕਰੂੰਗਾ ਛੱਠਾ ਸਾਹਿਬ ਵੀ ਆਪਣੇ ਲਈ ਬਿਆਨ ਦੇ ਦੇਣ ਵੀ ਕੀ ਸਾਡੇ ਤੇ ਵੀ ਕਹਿੰਦੇ ਆ ਲੋਕਾਂ ਦੇ ਪਬਲਿਕ ਜੀ ਮੈਸੇਜ ਸਾਡੇ ਕੇ ਵਿਰੋਧੀ ਹੁੰਦੇ ਆ ਰਾਜਨੀਤਿਕ ਬੜੀ ਚੱਲਦੀ ਐ ਅਸੀਂ ਤਾਂ ਪਹਿਲਾਂ ਸ਼ੌਂਕ ਨਾ ਕਰਾਇਆ ਸੀ ਤਹਿਸੀਲ ਲੈਵਲ ਦਾ ਜੀ ਲੋਕ ਕਹਿੰਦੇ ਵੀ ਇਹਨਾਂ ਨੇ ਪੈਸੇ ਮਾਰ ਲਏ ਖੰਡਾਰੀਆਂ ਦੇ ਜਾਂ ਫੈਡਰੇਸ਼ਨਾਂ ਦੇ ਉਹ ਛੱਠਾ ਸਾਹਿਬ ਤੋਂ ਪੁੱਛ ਕੇ ਤੁਸੀਂ ਸਾਝੂ ਜੀ ਚੜ੍ਹ ਸਾਹਿਬ ਤੁਹਾਡਾ ਵੀ ਸਵਾਗਤ ਹੈ ਟੀਮ ਪੰਜਾਬੀ ਤੇ 72 ইয়ার্স ਤੁਸੀਂ ਤੁਹਾਡਾ ਬਰਥਡੇ ਜਨਾ ਕਿ ਗਿਆ ਤਿੰਨ ਦਿਨ ਪਹਿਲਾਂ ਟੀਮ ਪੰਜਾਬੀ ਵੱਲੋਂ ਸਾਰੇ ਦਸ਼ਕਾਂ ਵੱਲੋਂ ਤੁਹਾਨੂੰ ਹੈਪੀ ਬਰਥਡੇ ਤੇ ਜਰੂਰ ਦੱਸੋ ਤੁਹਾਨੂੰ ਅੱਜ ਪੈਸੇ ਤੇ ਜਿਹੜੇ ਮੋਟਰਸਾਈਕਲ ਮਿਲ ਗਏ ਨੇ ਪਲੇਅਰਾਂ ਦੇ ਜੀ ਦੇਖੋ ਜੀ ਕੋਈ ਰੌਲਾ ਨਹੀਂ ਰਿਹਾ ਫੈਸ਼ਨ ਦਾ ਨਿਹਾਲ ਸਿੰਘ ਨੌਰੀ ਕਮਿਊਨਿਟੀ ਦੇ ਨਾਂ ਜਾਂ ਕਿਸੇ ਨਾਲ ਵੀ ਕੋਈ ਰੌਲਾ ਨਹੀਂ ਰਿਹਾ ਮੇਰਾ ਹੁਣ ਵੀ ਮੈਂ ਕਹਿੰਦਾ ਅਨਾਉਂਸ ਕਰਦਾ ਮੈਂ ਫੇਰ ਵੀ ਅਨਾਉਂਸ ਕਰੂੰਗਾ ਕਿ ਜਿਹੜਾ ਮੁੰਡਾ ਗਲਤ ਬੋਲਿਆ ਉਹ ਗਲਤ ਬੋਲਿਆ ਉਹ ਮੈਂ ਗੱਲ ਬਾਤ ਕਰਾਂਗੇ ਹੁਣ ਨਾ ਮੈਨੂੰ ਪੁੱਛੋ ਬਾਕੀ ਸਾਨੂੰ ਪੈਸੇ ਮਿਲ ਗਏ ਸਾਨੂੰ ਮੋਟਰਸਾਈਕਲ ਮਿਲ ਗਏ ਮੈਂ ਕੋਈ ਰੰਜਿਸ਼ ਵਾਲਾ ਬੰਦਾ ਨਹੀਂ ਹੈਗਾ ਪਰ ਮੈਂ ਇੱਜ਼ਤਦਾਰ ਬੰਦਾ ਹਾਂ ਮੇਰੀ ਦੁਨੀਆ ਇੱਜ਼ਤ ਤੇ ਆ ਲੱਖਾਂ ਕਰੋੜਾਂ ਦੇ ਬੰਦੇ ਜਾਣਦੇ ਆ ਲੱਖਾਂ ਕਰੋੜਾਂ ਪਈਆ ਲਾਇਆ ਮੈਂ 52 ਸਾਲ ਕੁੰਜਾ ਸਾਲ ਲਾਇਆ ਆ ਜਿੰਦਗੀ ਲਾਇਆ ਆ ਇਹਦੇ ਮਗਰ ਇਹਨਾਂ ਲੋਕਾਂ ਨੂੰ ਨਹੀਂ ਪਤਾ ਇਸ ਸਖਰਣੋਂ ਪਹਿਲਾਂ ਫੇਮ ਨਹੀਂ ਗੱਲ ਕਰਨ ਜੀ ਬਿਲਕੁਲ ਸਹੀ ਗੱਲ ਜੀ ਕਮੈਂਟੇਟਰ ਨਾਲ ਆਲਰੇਡੀ ਗਲਬਤ ਆਪਣੀ ਹੋ ਗਈ ਸੀਗੀ ਅੱਛਾ ਕਮੇਟੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੇ ਤੁਹਾਨੂੰ ਆਪ ਅਪਰੋਚ ਕੀਤੀ ਹੈ ਦੁਆਰਾ ਸੱਦ ਕੇ ਤੇ ਪ੍ਰਾਈਜ਼ ਅੱਜ ਤੁਹਾਨੂੰ ਮਿਲ ਗਿਆ ਕਮੇਟੀ ਆਂ ਦਾ ਬਹੁਤ ਧੰਨਵਾਦ ਆਂ ਦਾ ਗੁਰਪ੍ਰੀਤ ਦਾ ਜਾਂ ਜੋਜੀ ਸਾਹਿਬ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਬਾਹਰਲੇ ਆਂ ਦਾ ਵੀ ਕਰਦਾ ਟੋਨੀ ਹੋਣਾਂ ਦਾ ਥੈਂਕ ਯੂ ਵੈਰੀ ਮੱਚ ਸਾਨੂੰ ਸਾਰੇ ਪੈਸੇ ਮਿਲ ਲਗਾਏ ਆ ਕੋਈ ਗੱਲ ਨਹੀਂ ਪੈਸੇ ਦਾ ਰੌਲਾ ਹੀ ਨਹੀਂ ਸੀਗਾ ਰਾਈ ਰੌਲਾ ਮੇਰਾ ਰੌਲਾ ਸੀਗਾ ਵੀ ਅਨਾਊਂਸਮੈਂਟ ਗਲਤ ਹੋਈ ਆ ਉਹ ਅੱਜ ਠੀਕ ਹੋ ਗਈ ਆ ਥੈਂਕ ਯੂ ਬਹੁਤ-ਬਹੁਤ ਧੰਨ